ਜਿਹੜੇ ਬਿੱਲ ਇਹ ਭਾਰਤ ਦੇ ਸੰਗੀ ਟੱਚੇ ਦੀ ਬੜਾ ਵੱਡਾ ਚੈਲੰਜ ਹੈ। ਮੈਂ ਸਮਝਦਾ ਕਿ ਬਿੱਲ ਜਿਹੜਾ ਦੇਸ਼ ਵਿਰੋਧੀ, ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ। ਬੀਜੇਪੀ ਦੀ ਲੀਡਰਸ਼ਿਪ ਨੂੰ ਵਹਿਮ ਹੋ ਗਿਆ ਇਹ ਦੇਸ਼ ਸ਼ਾਇਦ ਭਾਜਪਾ ਦਾ ਹੈ, ਇਹ ਦੇਸ਼ ਸ਼ਾਇਦ ਉਹ ਸਮਝਿਆ ਕਿ ਆਰਐਸਐਸ ਦਾ। ਕਿਸਾਨ ਵਿਰੋਧ ਕਰਦੇ ਨੇ ਤਾਂ ਪੰਜਾਬ ਸਰਕਾਰ ਦੀ ਭੂਮਿਕਾ ਕੀ ਰਹੇਗੀ? ਨਹੀਂ ਤਾਂ ਪੰਜਾਬ ਦੇ ਨਾਲ ਹੈ, ਜੇ ਪੰਜਾਬ ਦਾ ਧੱਕਾ ਕਰਨਗੇ ਪੰਜਾਬ ਸਰਕਾਰ ਉੱਤੇ, ਮਤਲਬ ਸੰਘਰਸ਼ ਕਰੂਗੀ ਆਮ ਆਦਮੀ ਪਾਰਟੀ, ਸੰਘਰਸ਼ ਕਰੂਗੀ। ਲਗਾਤਾਰ ਤੁਸੀਂ ਜ਼ਮੀਨਾਂ ਚੜਾ ਰਹੇ ਹੋ ਸਿਸਵਾ ਵੱਲ ਨੂੰ, ਉੱਧਰ ਨੂੰ ਬੜਾ ਵਧੇ ਹੋਏ ਹੋ ਤੁਸੀਂ। ਜਿਹੜੀ ਚੀਜ਼ ਤੁਸੀਂ ਇਸ਼ਾਰਾ ਕੀਤੇ ਸੀ, ਮੁੱਖ ਮੰਤਰੀ ਸਾਹਿਬ ਨੇ ਇਸ਼ਾਰੇ ਕੀਤੀ ਸੀ, ਉਹ ਕਦੋਂ ਹੋਏਗੀ? ਤੁਸੀਂ ਕਿਹਾ ਸੀ ਇਹ ਟ੍ਰੇਲਰ ਨੇ, ਫਿਲਮ ਦਿਖਾਵਾਂਗੇ, ਉਹ ਫਿਲਮ ਕਦੋਂ ਦਿਖਾਉਂਗੇ? ਬਸ ਸ਼ੁਰੂ ਹੋਣੀ ਆ ਜੀ, ਵੱਡੇ ਥੀਏਟਰ ਦੀ ਭਾਲ ਚ ਲੱਗੇ ਆ, ਫਿਲਮ ਤੁਹਾਨੂੰ ਦਿਖਾਉਣੀ ਆ। ਮਾਨ ਸਿੰਘ ਮਾਨ ਕਹਿੰਦੇ ਨੇ ਕੋਈ ਦਸਤਾਵੇਜ਼ ਤਾਂ ਸਾਹਮਣੇ ਲੈ ਕੇ ਆਓ, ਮੇਰੇ ਤਾਂ 125 ਏਕੜ ਜ਼ਮੀਨ ਹੀ ਨਹੀਂ ਉੱਥੇ ਹੈਗੀ, ਸਰਕਾਰ ਗੁੰਮਰਾਹ ਕਰ ਰਹੀ ਹੈ। ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ, ਇਹ ਲੀਡਰ ਸਮਝਦੇ ਕਿ ਅਸੀਂ ਜੇ 50 ਸਾਲ 60 ਸਾਲ ਲੋਕਾਂ ਨੂੰ ਬੇਵਕੂਫ ਬਣਾ ਲਿਆ। ਵਿਰੋਧੀ ਕਹਿੰਦੇ ਨੇ ਆਪਣੇ LPU ਵਾਲੇ ਦੀ ਜ਼ਮੀਨ ਛਡਾ ਕੇ ਦਿਖਾਓ, ਉੱਥੇ ਵੀ ਨਜਾਇਜ਼ ਹੈ, ਸਰਕਾਰ ਨੂੰ ਤਾਂ ਮੰਨਾਂਗੇ। ਖਹਿਰਾ ਸਾਹਿਬ ਕਹਿ ਰਹੇ ਨੇ ਉਧਰ ਨੂੰ ਕਦੋਂ ਵਧਾ? ਜੋ ਚਿਸ਼ਮਾ ਤੱਕ ਪਹੁੰਚ ਗਏ ਹਰ ਪਾਸੇ ਜਾਵਾਂਗੇ, ਇੱਕ ਵਧਾਓ ਨਾ, ਪਰ ਕਿਸੇ ਦੇ ਕਹਿਣ ਤੇ ਨਹੀਂ ਜਾਵਾਂਗੇ। 15 ਅਗਸਤ ਤੋਂ ਬਾਅਦ ਉਦੋਂ ਦੇਸ਼ ਆਪਣੀ ਆਜ਼ਾਦੀ ਦਾ ਜਸ਼ਨ ਮਨਾਊਗਾ, ਅਸੀਂ ਤੋਂ ਆਪਣੀ ਜ਼ਮੀਨਾਂ ਛਡਾਉਣ ਦੇ ਉਹ ਕੰਮ ਸ਼ੁਰੂ ਕਰਾਂਗੇ। ਅਸੀਂ ਐਕਸ਼ਨ ਵਾਲੇ ਹਾਂ, ਰਿਐਕਸ਼ਨ ਵਾਲੇ ਸੀਗੇ, ਐਕਸ਼ਨ ਕਰਕੇ ਦਿਖਾਉਂਦੇ ਹਾਂ, ਫਿਰ ਦਿਖਾਵਾਂਗੇ ਤੁਹਾਨੂੰ। ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ, ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਦੇ ਵਿੱਚ ਬੈਠੇ ਹਾਂ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਮੇਰੇ ਨਾਲ ਨੇ, ਗੱਲਬਾਤ ਕਰਦੇ ਹਾਂ ਅੱਜ ਕੁਦਰਤੀ ਖੇਤੀ ਨੂੰ ਲੈ ਕੇ, ਇੱਕ ਸੈਮੀਨਾਰ ਦੇ ਵਿੱਚ ਹਾਜ਼ਰੀ ਇਹਨਾਂ ਨੇ ਲਗਵਾਈ ਹੈ। ਧਾਲੀਵਾਲ ਸਾਹਿਬ ਕਿਵੇਂ ਦੇਖਦੇ ਹੋ ਲਗਾਤਾਰ ਹੋਕਾ, ਉਹ ਜਿਹੜੇ ਬੁੱਧੀਜੀਵੀ ਨੇ, ਸਮਾਜ ਨੂੰ ਅਗਾਂਹ ਵਧੂ ਸੋਚ ਵਾਲੇ ਲੋਕ ਨੇ, ਉਹ ਲਗਾਤਾਰ ਦਿੰਦੇ ਨੇ ਕਿ ਕੁਦਰਤੀ ਖੇਤੀ ਹੋਣੀ ਚਾਹੀਦੀ ਹੈ, ਇਸ ਵੱਲ ਕਿਸਾਨਾਂ ਨੂੰ ਵਧਣਾ ਚਾਹੀਦਾ, ਪਰ ਬਾਂਹ ਕੋਈ ਨਹੀਂ ਫੜਦਾ ਕਿਸਾਨਾਂ ਦੀ, ਕੀ ਤੁਸੀਂ ਮਹਿਸੂਸ ਕਰਦੇ ਹੋ? ਨਹੀਂ, ਮੈਂ ਐਕਚੁਅਲੀ ਅੱਜ ਇਸ ਸੈਮੀਨਾਰ ਦੇ ਵਿੱਚ ਆਇਆ ਸੀਗਾ, ਬਹੁਤ ਵਧੀਆ ਸੈਮੀਨਾਰ ਸੀ, ਉਹਦਾ ਬਹੁਤ ਕੁਝ ਸਿੱਖਿਆ ਸੈਮੀਨਾਰ ਦੇ ਵਿੱਚੋਂ। ਸਿੱਖਿਆ ਲਈ ਕਿ ਬਹੁਤ ਈਜ਼ੀ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਹਾਂ, ਬਸ ਸਾਡੀ ਨੀਅਤ ਅਤੇ ਨੀਤੀ ਜਿਹੜੀ ਉਹਨਾਂ ਕੰਮਾਂ 'ਤੇ ਕਲੀਅਰ ਹੋਣੀ ਚਾਹੀਦੀ। ਔਰ ਅੱਜ ਉਹਨਾਂ ਕਿਸਾਨਾਂ ਨੂੰ ਮਿਲ ਕੇ ਬੜਾ ਮਨ ਖੁਸ਼ ਹੋਇਆ ਜਿਹੜੇ ਪਰਾਲੀ ਨਹੀਂ ਸਾੜਦੇ, ਜਿਹੜੇ ਅੱਜ ਵਿਦਵਾਨ ਲੋਕ ਮਾਹਰ ਜਿਹੜੇ ਆਏ ਸੀਗੇ, ਉਹਨਾਂ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ। ਔਰ ਲਾਜ਼ਮੀ ਅਸੀਂ ਪੰਜਾਬ ਦੇ ਖੇਤੀਬਾੜੀ ਮਹਿਕਮੇ ਵੱਲੋਂ ਇਸ, ਮਤਲਬ ਜਿਹੜਾ ਇਹ ਮਸਲਾ ਹੈ, ਇਹਦੇ 'ਤੇ ਪਹਿਲ ਕਰਕੇ ਇੱਥੇ ਕਈ ਕੁਛ ਕਰਾਂਗੇ, ਕਿਉਂਕਿ ਜਿਹੜੀ ਕੁਦਰਤੀ ਖੇਤੀ ਹੈ ਇਹਦੀ ਸਿਹਤ ਪੱਖੋਂ ਬੜੀ ਲੋੜ ਹੈ। ਮਾਰਕੀਟਿੰਗ ਦੇ ਤੌਰ 'ਤੇ ਵੀ ਜੇ ਸਹੀ ਢੰਗ ਦਾ ਹੋ ਜੇ, ਇਹਦਾ ਮੰਡੀਕਰਨ ਸਹੀ ਢੰਗ ਦਾ ਹੋ ਜੇ, ਤਾਂ ਕਿਸਾਨ ਇਹ 'ਚੋਂ ਬਹੁਤ ਪੈਸੇ ਕਮਾ ਸਕਦੇ ਹੋ ਔਰ ਸਾਡਾ ਇਨਵਾਇਰਮੈਂਟ ਜਿਹੜਾ ਉਹ ਠੀਕ ਹੋ ਸਕਦਾ। ਅੱਜ ਹਰ ਬੰਦਾ, ਕੋਈ ਕਹਿੰਦਾ ਮੈਨੂੰ ਸ਼ੂਗਰ ਹੋ ਗਈ, ਕੋਈ ਕਹਿੰਦਾ ਮੈਨੂੰ BP ਹੋ ਗਿਆ, ਕੋਈ ਕਹਿੰਦਾ ਕੈਂਸਰ ਹੋ ਗਈ, ਦੁਨੀਆ ਭਰ ਦੀਆਂ ਬਿਮਾਰੀਆਂ ਪੰਜਾਬੀਆਂ ਨੂੰ ਲੱਗ ਗਈਆਂ। ਇਸੇ ਕਰਕੇ ਲੱਗੀਆਂ ਕਿ ਜਿਹੜਾ ਅਨਾਜ ਅਸੀਂ ਖਾ ਰਹੇ, ਉਹ ਅਨਾਜ ਜਿਹੜਾ ਸਾਰਾ ਹੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਨਾਲ ਤਿਆਰ ਹੋਇਆ ਅਨਾਜ ਹੈ। ਇਸ ਕਰਕੇ ਕੁਦਰਤੀ ਖੇਤੀ ਨੂੰ ਪੰਜਾਬ ਦੇ ਵਿੱਚ ਹਲਾਰਾ ਦੇਣਾ, ਪੰਜਾਬ ਦੇ ਵਿੱਚ ਇਹਨੂੰ ਵੱਡੀ ਪੱਧਰ 'ਤੇ ਸ਼ੁਰੂ ਕਰਾਉਣਾ ਇੱਕ ਬਹੁਤ ਵੱਡਾ ਕਾਰਜ ਹੈ। ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਅਤੇ ਪੰਜਾਬ ਦਾ ਖੇਤੀਬਾੜੀ ਮਹਿਕਮਾ ਜਿਹੜਾ, ਇਹਦੇ ਲਈ ਵਧੀਆ ਢੰਗ ਨਾਲ ਉਪਰਾਲੇ ਜਿਹੜੇ ਕਰੂ। ਧਾਲੀਵਾਲ ਸਾਹਿਬ, ਅੱਜ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਲਿਆਂਦਾ ਗਿਆ, ਕਿਸਾਨਾਂ ਨੇ ਪਹਿਲਾਂ ਉੱਥੇ 3 ਖੇਤੀ ਕਾਨੂੰਨਾਂ ਵੇਲੇ ਬੜਾ ਵਿਰੋਧ ਕੀਤਾ, ਉਦੋਂ ਕਿਹਾ ਸੀ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ ਇਹੋ ਜਿਹਾ ਕੋਈ ਬਿੱਲ ਨਹੀਂ ਲੈ ਕੇ ਆਉਣਾ, ਪਰ ਅਚਨਚੇਤ ਬਿੱਲ ਆਇਆ, ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਵਿਰੋਧ ਦੇ ਵਿੱਚ ਨੇ, ਤੁਸੀਂ ਕੀ ਮੰਨਦੇ ਹੋ ਜੇ ਬਿਜਲੀ ਬਿੱਲ ਆਉਂਦਾ ਹੈਗਾ ਤਾਂ ਕਿਸ ਤਰੀਕੇ ਦੇ ਨਾਲ ਕੀ ਨੁਕਸਾਨ ਹੋ ਸਕਦਾ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬਿੱਲ ਹੈ ਇਹ ਭਾਰਤ ਦੇ ਸੰਘੀ ਢਾਂਚੇ ਲਈ ਬੜਾ ਵੱਡਾ ਚੈਲੰਜ ਹੈ, ਕਿਉਂਕਿ ਬਹੁਤ ਸਾਰੀਆਂ ਸਟੇਟਾਂ ਜਿਹੜੀਆਂ ਬਿਜਲੀ ਪੈਦਾ ਕਰਦੀਆਂ, ਉਹਨਾਂ ਦੇ ਆਪਣੇ ਬਿਜਲੀ ਬੋਰਡ ਨੇ, ਬਹੁਤ ਕੁਛ ਹੈ। ਇਸ ਬਿੱਲ ਨੂੰ ਲਿਆਉਣ ਤੋਂ ਪਹਿਲਾਂ ਕਿਸੇ ਵੀ ਸਟੇਟ ਨੂੰ ਨਹੀਂ ਪੁੱਛਿਆ ਗਿਆ, ਕਿਸੇ ਬਿਜਲੀ ਮਹਿਕਮੇ ਨਾਲ ਕੋਈ ਰਾਏ ਨਹੀਂ ਲਈ ਗਈ, ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਨਹੀਂ ਪੁੱਛਿਆ ਗਿਆ। ਉਹਦੇ ਧੱਕੇਦਲ ਜਿੱਦਾਂ ਪਹਿਲਾਂ ਕੀਤਾ ਸੀ, ਉੱਦਾਂ ਹੀ ਹਿੰਦੁਸਤਾਨ ਦੇ ਵੱਡੇ ਖਿਡਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ
पब्लिक सैक्टर का नुकसान कर ले। साड़ी कल्ली बिजली नहीं महंगी होनी, साढ़े लखा लोग जो बेरोजगार हो जाएंगे जो पब्लिक सैक्टर जॉब कर रहे। सो मैं समझना कि बिल जरा देश विरोधी, लोग विरोधी है, किसान विरोधी। जो किसान विरोध करते हैं तो पंजाब सरकार की भूमिका की रहेगी? बिल्कुल असी नाल, असी खुद खुद नाल है किसानों के, किसानों के नहीं, अं तो पंजाब के नाल है। जो पंजाब का धक्का करे पंजाब सरकार उत्ते मतलब संघर्ष करूगी, आम आदमी पार्टी संघर्ष करूगी। साढ़े कौमी कन्वीनर अरविंद केजरीवाल जी ने सवेरे ट्वीट किया, असी जो देश व्यापी कोई इदा की मूवमेंट चलूगी तो वो भी पूरा वध चढ़ के हिस्सा लाँगे। धारीवाल साहब किवें देखते हो, एक पासे मुख्यमंत्री साहब नीति आयोग की मीटिंग जा रहे हैं, उत्थे पंजाब की हक्की मंगा की गल रख रहे हैं, तुसी भी पिछले दौर समय के दौरान खेती मंत्री साहब नाल भी मुलाकात की है, उदो भी तुसी पैकेज जिहड़ा वह मंगया है आवारा पशुओं को सांभण के लिए, की मानते हो केंद्र सरकार लगातार एक तो बाद एक इहो जिहे कानून लैके आ रही है, एक तो बाद एक नवे स्टैप लैके आ रही है, उसका विरोध भी हो रहा है, तो लगता नहीं कि कोई असर नहीं पै रहा है जो विरोध का, वो विरोध में मानते नहीं है या फिर किदां तुसी मानते हो? असर जो पेगा तो देश के इनकलाब आओ तुम वेखियो, क्योंकि बीजेपी की लीडरशिप में वहम हो गया कि यह देश शायद भाजपा का है, ये देश शायद वो समझ लिया कि आर एस एस का, यह देश ना आर एस एस का ना ये बीजेपी का, यह देश 135 करोड़ भारतीयों का, इस देश के हर सोच वाला बंदा रहिंदा, उन्हां दा वहम जिहड़ा जल्दी दूर हो जूगा, 24 दी इलैक्शन दूर हो जू, वो ये सोच के बैठे कि जो बीजेपी कहती है उ देश है, देश जो कहता उ बीजेपी है, सर इदा नहीं चलूगा, बिल्कुल नहीं चलूगा। उन्होंने ये सोच जी खत्म होगी, उदों अपने हंकारी रवैये के सिट्टे जोड़े भुगतने पैणगे 24 की इलैक्शन, वो तो पहला हो सकता बड़िया मूवमेंटा देश के खड़िया हो जाए, इदा थोड़ा जो जब कोई कल्ली बीजेपी का देश है, ये देश के लिए लखा लोगों ने कुर्बानिया कीतिया यार, देश को आजाद कराने, देश को इतों तक खड़ने, देश की तरक्की दे बहुत वड्डा योगदान है, बहुत बहुत लोगों का योगदान। इस करके जो कुछ बीजेपी कर रही है वो भावें अपने अपने वालों विन प्लैन कर रही है कि शायद सारा देश ही बीजेपी का होजूगा, पर भरम जरा आने वाले समय टुट जूगा, तुम किता होना। हाँ साहब, एक लगातार तुसी जमीना चढ़ा रहे हो सिसवा वालू, उधर बड़ा वधे हुए हो तुसी, ते उत्थे जाके कैप्टन साहब के जिहड़े महल को भी जाके तुसी कहा कि बस ये नेड़े आ गए सी, वह जिहड़ी चीज़ तुसी इशारा किए सी, मुख्यमंत्री साहब ने इशारे की सी, वह कदों होएगी? तुसी कहा सी ट्रेलर ने फिल्म दिखावांगे, वह फिल्म कदों दिखाओगे? बस शुरू होने वाली है, बस ज़्यादा चंगे थिएटर की भाल च हाँ, फिल्म तुम दिखाई है, हाँ बड़े थिएटर की भाल च लगे हैं। लगी हाथ थोड़े? पूरी पूरी बहुत वधिया लगी है, बस असी कानूनी प्रक्रिया जी पूरी कर रहे, क्योंकि कानूनी प्रक्रिया तो बिना नहीं जाना कि भावें जो मर्जी हो जाए, बस अगले दिनों तुम देखो 15 अगस्त तो बाद उदो देश अपनी आजादी का जश्न मनाऊगा, अं तो अपन जमीन छुड़ा जरा कम शुरू करा। संगरूर के एम पी सिमरजीत सिंह मान के बेटे इमान सिंह मान कहते हैं कोई दस्तावेज तो सामने लैके आओ, मेरे तो 125 एकड़ जमीन ही नहीं उत्थे हैगी, सरकार गुमराह कर रही है। माजरी माजरी ब्लाक सुनिया ना तुम उत्थे, माजरी तहसीलदार बहिंदा, मेरी उन्होंने बेनती है कि उन्होंने को चल जाओ, सारा रिकॉर्ड पे जी छा के रखे उन्होंने, असी रिकॉर्ड उन्होंने दिखाया, मीडिया ने तुम दिखाया तो है सारा, सारिया जमाबंदियां दिखाइया, सारिया इंतकाल दिखाइया, समझे कि नहीं गल, सर लोगों बेवकूफ नहीं बनाया जा सकता, ये लीडर समझे कि अं जो 50 साल 60 साल लोगों बेवकूफ बना लिया, अज्ज के सोशल मीडिया युग के बेवकूफ बना सकते हो, एक मिनट जो उस सच बाहर आ जाता, माज की किड्डी दूर है, जे किसी ने वेखना जाके देख ले, तहसील च देखे तहसीलदार को, ब्लाक च देखे साढ़े बी डी ओ साहब को पिया, साढ़े डी डी पी ओ को, साढ़े ए डी सी साहब को, उत्थे बी डी ओ साड़ी लड़की है, बहुत वधिया लड़की साड़ी उत्थे, बड़ी हिम्मत वाली है, उत्थे प्याज गार्ड जाके देख लैन जी। हाँ तुहाडे विरोधी कहिंदे ने अपने एलपीयू वाले दी जमीन छड़ा के दिखाओ, उत्थे भी नजायज है, सरकार नूं तां मन्नांगे, खैरा साहब कह रहे ने उधर नूं कदों वधांगे? कोई नहीं, हर पासे वधांगे, जो चश्मा तक पहुंच गए हर पासे जावांगे, इक वधाओ ना, पर किसे दे कहण ते नहीं जावांगे, असीं अपना काम कर रहे हां सर, उदां दा छड्डो जिहड़ा विरोध करदे उहनां दा की है जी, किन्नी किन्नी इहनां विधानसभा च रहे हो, उहनां नूं पुछो जिहड़ा, अपनी आउटपुट दसो की है तुहाडी, अभी तो 4 महीने हो चार महीने 9,000 एकड़ छड़ाता, तीजी तीजी ला के विधानसभा च गल् कर सर बहुत सौखी है, अं एक्शन आए हैं, रिएक्शन आए नहीं गए, एक्शन करके दिखाने फिर दिखावे तुम, घबराओ ना, तुम हाथी अपनी मस्त हाले चल रहा जी, घबराओ ना, मान साहब की सरकार जो लोगों ने कमिटमेंट की कि बंदे जवाब देनी, समुचे पंजाब जवाब दे, समुचे पंजाब ने सानू वोटा पाइया, जो भी काम करूगी साड़ी सरकार
समुचे पंजाब लिए करू अदा जो कोई हर बंदे तो डेमोक्रेसी है कोई बंदा की कहिंदा की नहीं कहिंदा साढ़े लिए वो जरूरी नहीं साढ़े लिए जरूरी है कि पंजाब की कहिंदा जिन्हें सानू जिता आगे इतों तक भेज पंजाब लिए की करना असी वो पलना बना दे ਕਾਲੀਵਾਲ ਸਾਹਿਬ ਫਗਵਾੜਾ ਅੱਜ ਧਰਨਾ ਵੀ ਲੱਗਿਆ ਹੋਇਆ ਕਿਸਾਨ ਤੁਸੀਂ ਲਗਾਤਾਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਕਰ ਰਹੇ ਹੋ ਉਸ ਮੀਟਿੰਗ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਗੰਨੇ ਦਾ ਬਕਾਇਆ ਸਰਕਾਰ ਦਵਾਵੇਗੀ ਜਾਂ ਖੁਦ ਜਿਹੜਾ ਹੈਗਾ ਉਹ ਦੇਵੇਗੀ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਮਿੱਲਾਂ ਵਾਲੇ ਤੁਹਾਡੀ ਗੱਲ ਨਹੀਂ ਮੰਨ ਰਹੇ ਜਾਂ ਫਿਰ ਕੀ ਚੱਕਰ ਕੀ ਹੈ ਮਿੱਲਾਂ ਵਾਲੇ ਮੰਨਦੇ ਪਰ ਉੱਥੇ ਇੱਕ ਟੈਕਨੀਕਲ ਪ੍ਰੋਬਲਮ ਸੀਗੀ ਉਹ ਐਕਚੁਅਲੀ ਅੱਜ ਸ਼ਾਮ ਨੂੰ ਹੋ ਜੂਗੀ ਗੱਲ ਉਹਨਾਂ ਨਾਲ ਉਹ ਥੋੜਾ ਜਿਹਾ ਇੱਕ ਮਤਲਬ ਜਿਹੜੀ ਫਗਵਾੜੇ ਮਿੱਲ ਦੀ ਜਾਇਦਾਦ ਵੇਚਣੀ ਸੀਗੀ ਉਹਨਾਂ ਦੀ ਇੱਕ ਜ਼ਮੀਨ ਆ ਫਤਿਹਾਬਾਦ ਵਿੱਚ ਉਹਦੇ 'ਚ ਥੋੜ੍ਹਾ ਜਿਹਾ ਮਤਲਬ ਜਿਹੜਾ ਇੱਕ ਟੈਕਨੀਕਲ ਪੁਆਇੰਟ ਹੈ ਉਹ ਅੱਜ ਕਲੀਅਰ ਹੋ ਜੂਗਾ ਸਵੇਰੇ ਗੱਲ ਹੋਈ ਹੈ ਫਤਿਹਾਬਾਦ ਡੀ ਸੀ ਸਾਹਿਬ ਨਾਲ ਉਹ ਕਲੀਅਰ ਹੋ ਜੂਗੀ ਕੋਈ ਨਹੀਂ ਕਿਸਾਨ ਆਪਣੇ ਭਰਾ ਨੇ ਕਿਸਾਨ ਕੀ ਕਰਨ ਧਰਨੇ ਦਾ ਲਾਉਣ ਤੋਂ ਕੀ ਕਰਨ ਵਿਚਾਰਿਆਂ ਨੂੰ ਤਿੰਨ ਤਿੰਨ ਸਾਲ ਹੋ ਗਏ ਉਹਨਾਂ ਨੂੰ ਪੇਮੈਂਟ ਦੀ ਮਿਲੀ ਵਿਚਾਰਿਆਂ ਨੂੰ ਇਹ ਪ੍ਰਾਈਵੇਟ ਮਿਲਰਸ ਉਹਨਾਂ ਨੂੰ ਲੁੱਟ ਕੇ ਲੈ ਗਏ ਵਿਚਾਰਿਆਂ ਨੂੰ ਉਹ ਸਹੀ ਹੈ ਉਹਨਾਂ ਦਾ ਪਤਾ ਹੀ ਉਹਨਾਂ ਦੀ ਬਾਂਹ ਫੜ ਰਹੇ ਮਾਨ ਸਾਹਿਬ ਦੀ ਸਰਕਾਰ ਅਸੀਂ ਉਹਨਾਂ ਦਾ ਕਮਿਟਮੈਂਟ ਕੀਤੀ ਹੈ ਕਿ 7 ਸਤੰਬਰ ਤੱਕ ਤੁਹਾਡਾ ਸਾਰਾ ਬਕਾਇਆ ਵਾਪਸ ਕਰਾਵਾਂਗੇ ਤੁਸੀਂ ਦੇਖਿਓ ਤੁਹਾਡੇ ਸਾਹਮਣੇ ਹੋਊਗਾ ਪਸ਼ੂਆਂ ਨੂੰ ਬਿਮਾਰੀਆਂ ਲੱਗ ਰਹੀਆਂ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਕਿ ਮੁਆਵਜ਼ਾ ਵੀ ਦੇਗੀ ਜਿਹੜੇ ਗਾਵਾਂ ਦੀ ਮੌਤ ਹੋ ਗਈ ਹੈ ਦੇਖੋ ਸਾਡਾ ਮਹਿਕਮਾ ਪਸ਼ੂ ਪਾਲਣ ਮਹਿਕਮਾ ਜਿਹੜਾ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਜਿੱਥੇ ਲੋੜ ਪੈਂਦੀ ਹੈ ਡਾਕਟਰਾਂ ਦੀ ਜਿੱਥੇ ਲੋੜ ਪੈਂਦੀ ਹੈ ਦਵਾਈਆਂ ਦੀ ਹਰ ਚੀਜ਼ ਦੀ ਅਸੀਂ ਪੰਜਾਬ ਦੇ ਉਹਨਾਂ ਸਭ ਕਿਸਾਨਾਂ ਨਾਲ ਉਹਨਾਂ ਸਭ ਪਸ਼ੂ ਪਾਲਣ ਵਾਲੇ ਲੋਕਾਂ ਨਾਲ ਖੜੇ ਹਾਂ ਜਿੱਥੇ ਕਿਤੇ ਬਿਮਾਰੀ ਆਊਗੀ ਉੱਥੇ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ ਆਪਾਂ ਮਤਲਬ ਇਹ ਨਹੀਂ ਕਿ ਅਸੀਂ ਬਾਂਹ ਛੱਡ ਦੇਵਾਂਗੇ ਜੋ ਵੀ ਲੋੜ ਪਊ ਉਹਨੂੰ ਪੰਜਾਬ ਸਰਕਾਰ ਕੋਲ ਹਰ ਹਰ ਚੀਜ਼ ਉਹਨਾਂ ਲਈ ਕਰਾਂਗੇ ਬਾਕੀ ਡਰਨ ਦੀ ਲੋੜ ਨਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਬਹੁਤਾ ਇਸ ਤੋਂ ਦਹਿਸ਼ਤ ਜਿੱਦਾਂ ਆਇਓ ਕਿਉਂਕਿ ਕਈ ਵਾਰ ਮਤਲਬ ਕਈ ਬਿਮਾਰੀਆਂ ਪਸ਼ੂਆਂ ਨੂੰ ਲੱਗ ਜਾਂਦੀਆਂ ਫਸਲਾਂ ਨੂੰ ਲੱਗ ਜਾਂਦੀਆਂ ਅਤੇ ਉਹ ਦਹਿਸ਼ਤ ਮਤਲਬ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਪੈ ਜਾਂਦੀ ਦਹਿਸ਼ਤ ਪੈ ਜਾਂਦੀ ਦਹਿਸ਼ਤ 'ਚ ਆਉਣ ਦੀ ਲੋੜ ਨਹੀਂ ਕੋਈ ਇੱਦਾਂ ਦੀ ਗੱਲ ਨਹੀਂ ਆਪਾਂ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਨਾਲ ਖੜੇ ਚੜਾਉਂਦੇ ਹਾਂ ਧਾਲੀਵਾਲ ਸਾਹਿਬ ਆਖਰੀ ਸਵਾਲ ਹੈ ਇਸ ਫਸਲੀ ਚੱਕਰ 'ਚ ਤੁਸੀਂ ਫਸਲੀ ਵਿਭਿੰਨਤਾ ਦੀ ਗੱਲ ਕਰ ਰਹੇ ਹੋ ਕਿੱਦਾਂ ਕੱਢੋਗੇ ਪੰਜਾਬ ਨੂੰ ਬਾਹਰ ਮੂੰਗੀ ਦੇ ਉੱਤੇ ਸਰਕਾਰ ਕਹਿੰਦੀ ਸੀ MSP ਦੇਗੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਉਸ 'ਤੇ ਵੀ ਸਰਕਾਰ ਫੇਲ ਹੋਈ ਹੈ ਕਿੱਦਾਂ ਦੇਖਦੇ ਹੋ ਕਿਵੇਂ ਕੱਢੋਗੇ ਇਸ ਫਸਲੀ ਵਲਗਣ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਵਿਰੋਧੀਆਂ ਦੀਆਂ ਗੱਲਾਂ 'ਚ ਨਾ ਆਇਆ ਕਰੋ ਭਾਈ ਵਿਰੋਧੀਆਂ ਦੀਆਂ ਗੱਲਾਂ ਕਿਹੜੀਆਂ ਯਾਰ ਇਹਨਾਂ ਆਪ ਕੀ ਕੀਤਾ ਮਾਨ ਸਾਹਿਬ ਨੇ ਤਾਂ ਹੁੰਦਿਆਂ ਮੂੰਗੀ ਬਜਾ ਕੇ ਮੂੰਗੀ ਨੂੰ ਚੱਕਿਆ 7200 ਰੁਪਈਆ ਉਹਦੀ MSP ਦਿੱਤੀ ਹੈ ਕਿਤੇ ਉਹ ਥੋੜ੍ਹੀ ਬਹੁਤੀ ਕਿਤੇ ਰਹਿ ਗਈ ਜਿੱਥੇ ਪ੍ਰੋਬਲਮ ਸੀਗੀ ਉਹਦਾ ਦਾਣਾ ਨਿੱਕਾ ਸੀਗਾ ਕੁਛ ਇੱਦਾਂ ਦਾ ਹੋਇਆ ਦੋ ਚਾਰ ਥਾਵਾਂ 'ਤੇ ਉਹਨੂੰ ਮੁੱਦਾ ਬਣਾਈ ਜਾਂਦੇ ਹੋ ਆਹ ਤਾਂ ਕੁਝ ਉੱਤੇ ਰਹਿ ਗਏ ਇੱਥੇ ਰਹਿ ਗਏ ਲੈ ਨਾ ਅਸਾਂ ਦੀ ਉਮਰ ਆਪ ਕੁਛ ਕੀਤਾ ਨਾ ਕਰਾਇਆ ਨਾ ਕੋਈ ਕੰਮ ਨਾ ਕੋਈ ਕਾਜ ਸਰ ਸਰ ਜਿਹੜੀ ਚੀਜ਼ 'ਤੇ MSP ਦਊਗਾ ਭਗਵੰਤ ਮਾਨ ਹਰ ਚੀਜ਼ ਚੁੱਕਾਂਗੇ ਸਾਡੀ ਡਿਊਟੀ ਆ ਅੱਜ ਮੂੰਗੀ 'ਤੇ ਆ ਕੱਲ੍ਹ ਨੂੰ ਮਾਨ ਸਾਹਿਬ ਨੇ ਕੱਲ੍ਹ ਮਸਲਾ ਰੱਖਿਆ ਉੱਥੇ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ CM ਸਾਹਿਬ ਦਾ ਉਹਨਾਂ ਨੇ MSP ਦੀ ਗੱਲ ਉੱਥੇ ਬਾਸਮਤੀ ਦੀ ਵੀ ਕੀਤੀ ਆ ਦੂਜੀਆਂ ਚੀਜ਼ਾਂ ਮਤਲਬ ਮੱਕੀ ਵਗੈਰਾ ਸਾਰੀਆਂ ਦੀ ਕੀਤੀ ਆ ਜਿਹੜੀ ਵੀ ਚੀਜ਼ ਦੀ MSP ਆਊ ਸਰ ਉਸ ਚੀਜ਼ ਦੀ ਸਾਡੀ ਗਰੰਟੀ ਹੈ ਕਿ ਕਿਸਾਨ ਦੀ ਫਸਲ ਵੀ ਚੁੱਕਾਂਗੇ ਅਤੇ ਉਹਨਾਂ ਨੂੰ ਸਹੀ ਰੇਟ ਵੀ ਦਿਆਂਗੇ ਧੰਨਵਾਦ ਧਾਲੀਵਾਲ ਸਾਹਿਬ ਗੱਲਬਾਤ ਕੀਤੀ ਹੈ ਤਾਂ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਗੱਲਬਾਤ ਕੀਤੀ ਹੈ ਤਾਂ ਕਹਿ ਰਹੇ ਨੇ ਕਿ ਕਿਸਾਨਾਂ ਦੇ ਮੁੱਦੇ ਦੇ ਉੱਤੇ ਸਰਕਾਰ ਇੱਕਜੁੱਟ ਹੈ ਅਤੇ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਜਿਹੜਾ ਉਹ ਜ਼ਰੂਰ ਕਰੇਗੀ ਅਤੇ ਨਾਲੇ ਬਿਜਲੀ ਸੋਧ ਬਿੱਲ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀ ਲੋਕ ਸਭਾ ਦੇ ਵਿੱਚ ਤਾਂ ਉਸ ਦਾ ਵੀ ਵਿਰੋਧ ਕਹਿ ਰਹੇ ਨੇ ਅਸੀਂ ਤਿੱਖੇ ਰੂਪ ਦੇ ਵਿੱਚ ਕਰਾਂਗੇ ਮੈਨੂੰ ਅਨੰਤਪ੍ਰੀਤ ਸਿੰਘ ਨੂੰ ਦੋ ਇਜਾਜ਼ਤ ਵਿਗਦਰੋ ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ